ਵੱਡੀ 2004 'ਚ ਮੈਂ ਮੈਟ੍ਰਿਕ ਕੀਤੀ ਸੀ ਔਰ 2004 ਤੋਂ ਮੈਟ੍ਰਿਕ ਕਰਨ ਤੋਂ ਬਾਅਦ ਫਿਰ ਵੀਰੇ ਮੈਂ ਕਬੱਡੀ ਖੇਡਣ ਲੱਗ ਗਿਆ ਸੀ ਜੀ ਹਾਂ ਅੱਛਾ ਤੇ ਜਿਹੜਾ ਪਹਿਲਾ ਮੈਚ ਤੁਸੀਂ ਨੈਸ਼ਨਲ ਲੈਵਲ ਤੇ ਖੇਲਿਆ ਉਹ ਕਿਸ ਪਿੰਡ ਦੇ ਅੰਦਰ ਖੇਲਿਆ ਮੈਂ ਵੀਰੇ 2004 ਤੋਂ ਬਾਅਦ ਪੀਟੀ ਕਫਜ਼ਲ ਹੁੰਦਾ ਸੀ ਸਾਡਾ ਖਾਨੂਆਣੇ ਦਾ ਉਹ ਮੈਨੂੰ ਸਕੂਲਾਂ ਦੇ ਮੈਚ ਖੇਡਣ ਲਈ ਜੜ੍ਹਾਂ 'ਤੇ ਲੈ ਗਿਆ ਸੀ ਉੱਥੇ ਇੱਕ ਨਵਾਜ਼ ਬਾਜੇ ਦੀ ਟੀਮ ਸੀ ਉਹਦੇ ਨਾਲ ਪਹਿਲਾ ਮੈਚ ਮੈਂ ਉੱਥੇ ਖੇਡਿਆ ਸੀ ਅਤੇ ਬੰਦੇ ਗੱਲਾਂ ਕਰਨ ਲੱਗ ਗਿਆ ਮੁੰਡਾ ਕਬੱਡੀ ਖੇਡੇਗਾ ਇਹ ਕੌਣ ਆ ਫਿਰ ਉਹ ਤੋਂ ਬਾਅਦ ਫਿਰ ਬਾਬੇ ਰੱਤੀ ਰੱਤੇ ਸਰਕਾਰ ਉੱਥੇ ਕਬੱਡੀ ਦੇ ਮੈਚ ਹੁੰਦੇ ਸੀ ਉੱਥੇ ਖੇਡਣਾ ਸ਼ੁਰੂ ਕੀਤਾ ਉਦੋਂ 55-60 ਕਿਲੋ ਵੇਟ ਹੁੰਦਾ ਸੀ ਉੱਥੇ ਵੀ ਬੰਦੇ ਕਹਿਣ ਲੱਗ ਗਏ ਮੁੰਡਾ ਕਬੱਡੀ ਖੇਡੇਗਾ ਅਤੇ ਕਬੱਡੀ ਫਿਰ ਨਾ ਵੀਰੇ ਇੰਝ ਹੀ ਸਾਡੇ ਖੂਨ ਵਿੱਚ ਆ ਸਾਡੇ ਮਾਮੇ ਚਾਚੇ ਤਾਏ ਦਾਦੇ ਪੜਦਾਦੇ ਇੰਡੀਆ ਤੋਂ ਖੇਡਦੇ ਆ ਰਹੇ ਆ ਤੇ ਇਹ ਫਿਰ ਸਾਡਾ ਕਮਾਲ ਨਹੀਂ ਮੇਰੇ ਅੱਲਾ ਦਾ ਸਾਡੇ ਤੇ ਕਰਮ ਹਲ ਬਈ ਤੁਹਾਡਾ ਕਬੱਡੀ ਤੋਂ ਇਲਾਵਾ ਵੀ ਕੋਈ ਸ਼ੌਕ ਹੈ ਨਹੀਂ ਵੀਰੇ ਖਾਲਦ ਮਹਿਰ ਨੇ ਜ਼ਿੰਦਗੀ 'ਚ ਇੱਕੋ ਹੀ ਸ਼ੌਕ ਪਾਇਆ ਅਤੇ ਉਹ ਕਬੱਡੀ ਆ ਬਸ ਉਹ ਤੋਂ ਇਲਾਵਾ ਹੋਰ ਕੋਈ ਸ਼ੌਕ ਨਹੀਂ ਕੋਈ ਇਸ਼ਕ ਨਹੀਂ ਕੋਈ ਪਿਆਰ ਨਹੀਂ ਕੋਈ ਮੁਹੱਬਤ ਨਹੀਂ ਖਾਲਦ ਮਹਿਰ ਦਾ ਪਿਆਰ ਮੁਹੱਬਤ ਇਸ਼ਕ ਕਬੱਡੀ ਆ ਤੇ ਤੁਹਾਡਾ ਉਸਤਾਦ ਕਿਹੜਾ ਉਹਨਾਂ ਦਾ ਨਾਮ ਕੀ ਕਿਸ ਕਲੱਬ ਵੱਲੋਂ ਤੁਸੀਂ ਇਸ ਟਾਈਮ ਖੇਡ ਰਹੇ ਹੋ ਮੈਂ ਵੀਰੇ ਪਹਿਲਾਂ 2004 ਤੋਂ ਬਾਅਦ ਕਜ਼ਨ ਮੇਰਾ ਸੀ ਉਸਤਾਦ ਇਮਤਿਆਜ਼ ਆਲਮ ਪਹਿਲਾਂ ਮੈਂ ਸਾਲ ਡੇਢ ਕੁ ਸਾਲ ਉਹਦੇ ਕੋਲ ਰਿਹਾ ਅਤੇ ਸਾਡੀ ਆਪਸ 'ਚ ਕਜ਼ਨਾਂ ਦੀ ਕੋਈ ਇਖਤਲਾਫਾਤ ਹੋ ਗਏ ਅਸਾਂ ਮਾਮੇ ਫੁੱਫੀ ਦੇ ਹਾਂ ਸਕੇ ਕਜ਼ਨ ਆ ਫਿਰ ਮੈਂ ਉਸਤਾਦ ਗੁਲਾਮ ਬਾਸ ਭੱਟ ਕੋਲ ਚਲਾ ਗਿਆ ਫਿਰ ਮੈਂ ਉਹਦੇ ਕੋਲ ਰਿਹਾ ਉਸਤਾਦ ਗੁਲਾਮ ਬਾਸ ਭੱਟ ਕੋਲ ਠੀਕ ਹੈ ਫਿਰ ਆਪਾਂ ਉੱਥੇ ਹੀ ਕਬੱਡੀ ਖੇਡੀ ਅੱਛਾ ਅਤੇ ਤੁਸੀਂ ਬਾਹਰ ਦੇ ਵੀ ਟੂਰ ਕਰ ਚੁੱਕੇ ਹੋ ਕਿਹੜੇ ਕਿਹੜੇ ਮੁਲਕ ਜਾ ਕੇ ਆਪਣਾ ਖੇਲਿਓ ਤੁਸੀਂ ਮੈਂ ਭਾਅ ਜੀ ਪਹਿਲਾ ਟੂਰ 2008 'ਚ ਇੰਡੀਆ ਦਾ ਕੀਤਾ ਉਸ ਤੋਂ ਬਾਅਦ ਫਿਰ 13 ਵਾਲਾ ਵਰਲਡ ਕੱਪ ਖੇਡਿਆ ਫਿਰ 14 ਵਾਲਾ ਵਰਲਡ ਕੱਪ ਖੇਡਿਆ ਫਿਰ ਉਸ ਤੋਂ ਬਾਅਦ 2014 'ਚ ਮੈਂ UK ਖੇਡਣ ਗਿਆ ਫਿਰ ਉਸ ਤੋਂ ਬਾਅਦ ਉੱਥੇ ਵਰਲਡ ਕਬੱਡੀ ਲੀਗ ਹੋਈ ਫਿਰ ਮੈਂ ਲਾਹੌਰ ਲਾਇਨਸ ਵੱਲੋਂ ਖੇਡਿਆ ਫਿਰ ਉਹਦੇ ਵਿੱਚ ਅਸਾਂ ਇੰਡੀਆ ਆਉਂਦੇ ਜਾਂਦੇ ਸੀ ਕਾਫੀ ਜ਼ਿਆਦਾ ਟੂਰ ਸਾਡੇ ਇੰਡੀਆ ਦੇ ਹੋਏ ਫਿਰ ਉਸ ਤੋਂ ਬਾਅਦ 2016 'ਚ ਮੈਂ ਕੈਨੇਡਾ ਵਰਲਡ ਕੱਪ ਖੇਡਿਆ ਫਿਰ 17 'ਚ ਮੇਰਾ ਵਰਲਡ ਕੱਪ ਦਾ ਵੀਜ਼ਾ ਲੱਗਾ ਫਿਰ 18 'ਚ ਮੈਂ ਉੱਥੇ ਰਿਹਾ ਫਿਰ ਮੈਂ ਉੱਥੇ ਵਰਕ ਪਰਮਿਟ ਲੈ ਲਿਆ ਸੀ ਫਿਰ ਮੈਂ 19 'ਚ ਵਾਪਸ ਆਇਆ ਫਿਰ 6 ਮਹੀਨੇ ਪਾਕਿਸਤਾਨ ਰਹਿ ਕੇ ਕਬੱਡੀ ਖੇਡ ਕੇ 2020 'ਚ ਮੈਂ ਫਿਰ ਵਾਪਸ ਚਲਾ ਗਿਆ ਫਿਰ ਉਸ ਤੋਂ ਬਾਅਦ 2022 'ਚ ਫਿਰ ਕੈਨੇਡਾ ਤੋਂ ਵਾਪਸ ਆਇਆ ਅੱਛਾ ਅਤੇ ਅਸੀਂ ਹੁਣ ਤੁਹਾਡੇ ਦੇਖ ਰਹੇ ਹਾਂ ਕਿ ਤੁਹਾਡੀਆਂ ਤਸਵੀਰਾਂ ਵਜ਼ੀਰ ਆਜ਼ਮ ਸ਼ਬਾਜ਼ ਸ਼ਰੀਫ ਨਾਲ ਵੀ ਨੇ ਅਤੇ ਹੋਰ ਵੀ ਵੱਡੇ ਵੱਡੇ ਜਿਹੜੇ ਨੇ ਇੰਡੀਆ ਦੇ ਜਿਹੜੇ ਵੱਡੇ ਪ੍ਰਮੋਟਰ ਨੇ ਉਹਨਾਂ ਨਾਲ ਨੇ ਸ਼ਬਾਜ਼ ਸ਼ਰੀਫ ਨਾਲ ਕਦੋਂ ਤੁਹਾਡੀ ਮੁਲਾਕਾਤ ਹੋਈ ਅਤੇ ਆ ਗੋਲਡ ਮੈਡਲ ਵੀ ਉਹਨਾਂ ਤੋਂ ਦਿੱਤਾ ਇਹ ਭਾਅ ਜੀ ਅਸਾਂ ਜਦੋਂ 2013 ਵਾਲਾ ਪਹਿਲਾਂ ਵਰਲਡ ਕੱਪ ਖੇਡਣ ਗਏ ਅਤੇ ਉੱਥੇ ਫਿਰ ਸ਼ਬਾਜ਼ ਸ਼ਰੀਫ ਸਾਹਿਬ ਉੱਥੇ ਇੰਡੀਆ ਵੀ ਆਏ ਸੀ ਉੱਥੇ ਸਾਨੂੰ ਮਿਲੇ ਗਰਾਊਂਡ ਵਿੱਚ ਉਹਨੇ ਕਾਫੀ ਐਪਰੀਸ਼ੀਏਟ ਵੀ ਸਾਨੂੰ ਕੀਤਾ ਕਿ ਵਧੀਆ ਤਗੜੇ ਹੋ ਕੇ ਖੇਡਿਓ ਠੀਕ ਹੈ ਆਪਾਂ ਤੁਹਾਡੇ ਨਾਲ ਹਾਂ ਫਿਰ ਆਪਾਂ ਉੱਥੇ ਮਿਲੇ ਉਸ ਤੋਂ ਬਾਅਦ ਫਿਰ ਅਸਾਂ ਜਦੋਂ 2013 ਤੋਂ ਬਾਅਦ 14 'ਚ ਫਿਰ ਇੱਥੇ ਆਏ ਇੰਡੀਆ ਦੀ ਟੀਮ ਇੱਥੇ ਖੇਡਣ ਆਈ ਫਿਰ ਅਸਾਂ ਲਾਹੌਰ ਲਾਇਨਸ ਵੱਲੋਂ ਖੇਡੇ ਫਿਰ ਸ਼ਬਾਜ਼ ਸ਼ਰੀਫ ਨੇ ਲਾਹੌਰ ਆਪਣੇ ਘਰ ਸੱਦਿਆ ਉੱਥੇ ਸੱਦ ਕੇ ਉਹਨੇ ਸਾਨੂੰ ਕਾਫੀ ਜ਼ਿਆਦਾ ਐਪਰੀਸ਼ੀਏਟ ਕੀਤਾ